ਸਤਿ ਸ਼੍ਰੀ ਅਕਾਲ HSN TV ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਲਾਈਵ ਅੱਜ ਦਾ ਮੁੱਦਾ ਪ੍ਰੋਗਰਾਮ ਇਸ ਮੰਚ ਦੇ ਜ਼ਰੀਏ ਨਿੱਘਾ ਸਵਾਗਤ। ਹਰ ਵਾਰ ਦੀ ਤਰ੍ਹਾਂ ਮੈਂ ਹਾਂ ਸ਼ੀਤਲ ਠਾਕੁਰ। ਅੱਜ ਦੇ ਪ੍ਰੋਗਰਾਮ 'ਚ ਸੀਨੀਅਰ ਪੱਤਰਕਾਰ ਸਾਡੇ ਨਾਲ ਜੁੜੇ ਨੇ ਅਰਜੁਨ ਸ਼ਰਮਾ ਜੀ ਤੇ ਸਾਡੇ ਨਾਲ ਮਾਹਿਰ ਮਹਿਮਾਨ ਜੁੜੇ ਨੇ ਕਮਲ ਸਹਿਗਲ ਜੀ। ਦੋਨਾਂ ਹੀ ਮਹਿਮਾਨਾਂ ਦਾ ਵੀ ਬਹੁਤ ਬਹੁਤ ਸਵਾਗਤ। ਸੋ ਮੁੱਦਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੀਬੀ ਜਗੀਰ ਕੌਰ ਦਾ, ਜਿਹੜਾ ਕਿ ਮਸਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ। ਜਿੱਥੇ ਕੱਲ ਜਲੰਧਰ ਦੇ ਵਿੱਚ ਬੀਬੀ ਜਗੀਰ ਕੌਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਉਹ ਅਲੱਗ ਤੋਂ ਜਿਹੜੇ ਨੇ ਉਮੀਦਵਾਰ ਦੇ ਵਜੋਂ ਚੋਣ ਲੜਨ ਦਾ ਜਿਹੜਾ ਪਹਿਲਾਂ ਦਾ ਮਨ ਬਣਾ ਚੁੱਕੇ ਨੇ, ਹਜੇ ਵੀ ਉਹਦੇ ਉੱਤੇ ਉਹ ਅਟਲ ਨੇ। ਹਾਲਾਂਕਿ ਲਿਫਾਫਾ ਕਲਚਰ ਦੇ ਖਿਲਾਫ ਜਿਹੜੀ ਗੱਲਬਾਤ ਉਹਨਾਂ ਨੇ ਸ਼ੁਰੂ ਕੀਤੀ ਸੀ, ਤਾਂ ਦੱਸ ਦਈਏ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਭ ਤੋਂ ਪਹਿਲਾਂ ਲਿਫਾਫਾ ਕਲਚਰ ਦੀ ਸ਼ੁਰੂਆਤ ਵੀ 1999 ਦੇ ਵਿੱਚ ਬੀਬੀ ਜਗੀਰ ਕੌਰ ਦੇ ਕੋਲੋਂ ਹੀ ਹੋਈ ਸੀ, ਯਾਨੀ ਕਿ ਉਹਨਾਂ ਤੋਂ ਹੀ ਇਹਦੀ ਜਿਹੜੀ ਸ਼ੁਰੂਆਤ ਹੋਈ ਸੀ ਤੇ ਉਹਨਾਂ ਦੇ ਰੌਲਾ ਪਾਉਣ ਤੇ ਇਹ ਲਿਫਾਫਾ ਕਲਚਰ ਜਿਹੜਾ ਅੱਜ ਇਹਦਾ ਅੰਤ ਹੋ ਰਿਹਾ ਹੈ। ਸੋ ਗੱਲ ਕਰਦੇ ਹਾਂ ਕਿ ਆਪਣੇ ਉਹ ਇਸ ਮਸਲੇ ਦੇ ਉੱਤੇ ਪੂਰੀ ਤਰ੍ਹਾਂ ਅਟਲ ਨੇ, ਕੀ ਵਿਚਾਰ ਕਰਕੇ ਉਹਨਾਂ ਨੇ ਇਹ ਮਸਲਾ ਚੱਕਿਆ। ਅੱਜ ਉਹ ਸਿੱਖਾਂ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ, ਜਾਂ ਫਿਰ ਰਾਮ ਰਹੀਮ ਨੂੰ ਮਾਫੀਨਾਮਾ ਦੇਣ ਦਾ ਮਸਲਾ, ਜਾਂ ਹੋਰ ਵੀ ਬੇਅਦਬੀਆਂ ਦੇ ਮਾਮਲਿਆਂ ਦੇ ਮਸਲੇ ਉਠਾ ਰਹੇ ਨੇ, ਤੇ ਕਹਿ ਰਹੇ ਨੇ ਕਿ ਮੈਂ ਅਲੱਗ ਤੋਂ ਉਹਨਾਂ ਮਸਲਿਆਂ ਦੇ ਉੱਤੇ ਕੰਮ ਕਰਾਂਗੀ, ਔਰ ਮੈਂ ਇਹ ਜਿਹੜੇ ਇਲੈਕਸ਼ਨਸ ਨੇ ਇਹਨਾਂ ਨੂੰ ਅਲੱਗ ਤੌਰ ਤੇ ਜਿੱਤਾਂਗੀ। ਸੋ ਹਜੇ ਵੀ ਉਹ ਆਪਣੇ ਉਸ ਮਾਮਲੇ ਦੇ ਉੱਤੇ ਅਟਲ ਨੇ। ਹਾਲਾਂਕਿ ਉਹਨਾਂ ਨੂੰ ਅੱਜ, ਯਾਨੀ ਕਿ ਸੋਮਵਾਰ ਦਾ ਦਿਨ ਹੈ ਅੱਜ, ਔਰ ਦੁਪਹਿਰ 12 ਵਜੇ ਤੱਕ ਕਾਰਨ ਦੱਸੋ ਨੋਟਿਸ ਦਾ ਸਮਾਂ ਵੀ ਦਿੱਤਾ ਗਿਆ। ਉਹ ਜਾਣਗੇ ਜਾਂ ਨਹੀਂ ਜਾਣਗੇ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਸੀ, ਅਰਜੁਨ ਜੀ ਸਾਨੂੰ ਦੱਸਣਗੇ ਸਰ। ਅਸਲ ਦੇ ਵਿੱਚ ਜਿਹੜੇ ਮੁੱਦੇ ਬੀਬੀ ਜੀ ਨੇ ਚੁੱਕੇ ਹੈ, ਬੰਦੀ ਸਿੰਘਾਂ ਦਾ ਮੁੱਦਾ ਤਾਂ ਚਲੋ ਕਾਮਨ ਹੋ ਗਿਆ ਨਾ, ਉਹਨਾਂ ਨੇ ਗੁਰੂ ਮਰਿਆਦਾ ਦਾ ਬਹੁਤ ਵੱਡਾ ਮੁੱਦਾ ਚੁੱਕਿਆ ਹੈ। ਜਿਹੜੇ ਅਕਾਲ ਤਖਤ ਦੇ ਔਰ ਬਾਕੀ ਤਖਤਾਂ ਦੇ ਜਥੇਦਾਰ ਨਿਯੁਕਤ ਕੀਤੇ ਜਾਂਦੇ ਆ, ਉਹਨਾਂ ਦੀ ਨਿਯੁਕਤੀ ਕਿਸੇ ਵਿਅਕਤੀ ਵਿਸ਼ੇਸ਼ ਦੀ ਮਰਜ਼ੀ ਦੇ ਬਜਾਏ ਕੋਈ ਨਾ ਕੋਈ ਪੈਮਾਨਾ, ਕੋਈ ਮਾਪਦੰਡ, ਕੋਈ ਨਾ ਕੋਈ ਰੂਲ ਪ੍ਰੋਟੋਕੋਲ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਫਿਰ ਉਹਨਾਂ ਨੇ ਇਹ ਚੱਕਿਆ ਮਸਲਾ ਕਿ ਚੁਣੇ ਹੋਏ ਜਥੇਦਾਰ ਜਿਹੜੇ ਜਾਂ ਜਿਹੜੇ ਜਥੇਦਾਰ ਜਿਸ ਵੀ ਪੋਜੀਸ਼ਨ 'ਚ ਤਖਤਾਂ 'ਤੇ ਬੈਠ ਕੇ ਕੰਮ ਕਰਦੇ ਆ, ਜਦੋਂ ਉਹ ਕੋਈ ਹੁਕਮ ਦਿੰਦੇ ਆ ਤਾਂ ਪਾਰਟੀ ਲੀਡਰਸ਼ਿਪ ਕਦੇ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ, ਉੱਥੇ ਅਮਲ ਕਰਾਇਆ ਜਾਏ ਕਿਉਂਕਿ ਉਹ ਸਿੱਖਾਂ ਦੇ ਜਿਹੜੇ ਤਖ਼ਤ ਨੇ ਉਹਨਾਂ ਵਾਲੇ ਜਿਹੜੇ ਜਥੇਦਾਰ ਉਹਨਾਂ ਦੀ ਬਹੁਤ ਸਨਮਾਨਿਤ ਹਸਤੀ ਹੈ, ਪੰਥ ਵਿੱਚ ਬਹੁਤ ਮਾਣ ਮੱਤਾ ਹੁੰਦਾ ਉਹਨਾਂ ਦਾ, ਉਹਨਾਂ ਦੇ ਆਦੇਸ਼ਾਂ ਦਾ ਪਾਲਣ ਕੀਤਾ ਜਾਵੇ। ਫਿਰ ਉਹਨਾਂ ਨੇ ਉਠਾਇਆ ਕਿ ਜਿਹੜੀ SGPC ਦੀ ਧਰਮ ਪ੍ਰਚਾਰ ਕਮੇਟੀ ਹੈ ਜਾਂ ਧਰਮ ਪ੍ਰਚਾਰ ਸਿਸਟਮ ਵਿਵਸਥਾ ਹੈ ਉਹ 'ਚ ਬਹੁਤ ਖਾਮੀਆਂ ਹੋਣ ਕਰਕੇ ਕਈ ਜਿਹੜੇ ਹੈ ਉਸ ਤਰ੍ਹਾਂ ਦੇ ਤੌਖਲੇ ਔਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਆ ਜਾਂਦੀਆਂ ਹੈ। ਉਹਦੇ ਲਈ ਇਸ ਸੈਗਮੈਂਟ ਨੂੰ ਵੀ ਉਹਨਾਂ ਨੇ ਕਿਹਾ ਕਿ ਇੱਕ ਨਵੀਂ ਦਿਸ਼ਾ ਔਰ ਦਸ਼ਾ ਦੇਣ ਦੀ ਜ਼ਰੂਰਤ ਹੈ। ਉਹਨਾਂ ਨੇ ਹੋਰ ਬਹੁਤ ਸਾਰੇ ਮੁੱਦੇ ਐਸੇ ਛੂਹੇ ਹੈ ਜਿਹੜੇ ਅਕਸਰ ਅਸੀਂ ਕ੍ਰਿਟਿਕ ਲੋਕ ਹੀ ਛੂੰਦੇ ਹੁੰਦੇ ਸੀ। ਅਕਾਲੀ ਦਲ ਦਾ ਕੋਈ ਵੀ ਲੀਡਰ, SGPC ਦਾ ਕੋਈ ਵੀ ਪ੍ਰਧਾਨ ਜਾਂ ਮੈਂਬਰ ਕਦੀ ਵੀ ਉਹਨਾਂ ਮੁੱਦਿਆਂ ਨੂੰ ਆਉਣ ਦਾ ਰਿਕਾਰਡ ਚਿਮਟੀ ਨਾਲ ਵੀ ਛੂਣਾ ਪਸੰਦ ਨਹੀਂ ਕਰਦਾ। ਵਕਤ ਇਸ ਕਰਕੇ ਆਇਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸ਼ੀਰਸ਼ ਲੀਡਰਸ਼ਿਪ ਹੈ ਉਹ ਬਹੁਤ ਕਮਜ਼ੋਰ ਔਰ ਬਹੁਤ ਦਇਆ ਦੇ ਪਾਤਰ ਵਰਗੀ ਸਥਿਤੀ, ਪੂਰੇ ਪਰਿਵਾਰ ਚੋਂ ਜਿਹੜਾ ਪਰਿਵਾਰ ਉਸ ਪਾਰਟੀ ਨੂੰ ਲੀਡ ਕਰਦਾ ਹੈ ਬਾਦਲ ਪਰਿਵਾਰ ਔਰ ਉਹਦਾ ਜਿੰਨਾ ਵੀ ਲੋਗਲਾ ਨਾਲ ਹੈ, ਉਹਨਾਂ ਦਾ ਕੋਈ ਵੀ ਇਸ ਵੇਲੇ ਵਿਧਾਨ ਸਭਾ 'ਚ ਨਹੀਂ ਪਹੁੰਚ ਰਿਹਾ। ਪ੍ਰਕਾਸ਼ ਸਿੰਘ ਬਾਦਲ ਆਪ ਹਾਰ ਗਏ, ਸੁਖਬੀਰ ਸਿੰਘ ਬਾਦਲ ਖੁਦ ਹਾਰ ਗਏ, ਉਹਨਾਂ ਦਾ ਸਾਲਾ ਵਿਕਰਮਜੀਤ ਸਿੰਘ ਮਜੀਠੀਆ ਹਾਰ ਗਿਆ। ਠੀਕ ਹੈ ਜੀ। ਇਹ ਦੂਜੀ ਵਾਰ ਨਮੋਸ਼ੀਜਨਕ ਜਿਹੜੀ ਹਾਰ ਹੈ ਇੱਥੋਂ ਇਹ ਲੱਗਦਾ ਹੈ ਕਿ ਇਹ ਚੁਟਾਲਿਆਂ ਦੇ ਨਾਲ ਇਹਨਾਂ ਦੀ ਜਿੰਨੀ ਸਾਂਝ ਸੀ ਲਗਭਗ ਇਹਨਾਂ ਦਾ ਸਿਆਸੀ ਅੰਤ ਵੀ ਚੁਟਾਲਿਆਂ ਦੀ ਤਰਜ ਦੇ ਹੀ ਹੋ ਰਿਹਾ। ਉਹ ਕਿਸੇ ਵੇਲੇ ਪਾਵਰ 'ਚ ਇੱਦਾਂ ਹੀ 10-10 ਸਾਲ ਰਹੇ ਸੀ ਔਰ ਜਦੋਂ ਸਫਾਈ ਹੋਣ ਲੱਗੀ ਫਿਰ ਪਹਿਲੇ ਝਟਕੇ ਵੱਡਾ ਝਟਕਾ ਵੱਜਾ, ਦੂਜੇ ਝਟਕੇ ਤਾਂ ਬਹੁਤ ਹੀ ਜ਼ਿਆਦਾ ਵੱਡਾ ਝਟਕਾ। ਅੱਜ ਉਹਨਾਂ ਦਾ ਵੀ ਕੋਈ ਹਰਿਆਣੇ ਦੀ ਵਿਧਾਨ ਸਭਾ 'ਚ ਦਿਖਾਉਣ ਨੂੰ ਨਹੀਂ ਹੈਗਾ, ਕਈ ਘਰ 'ਚ ਕਈ ਪਾਰਟੀਆਂ ਮਰ ਗਈਆਂ ਹੋਈਆਂ। ਇੱਥੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਕਮਜ਼ੋਰ ਹੋ ਗਿਆ ਹੈ, ਇਸ ਕਰਕੇ ਇਹ ਆਵਾਜ਼ ਚੁੱਕੀ ਗਈ ਹੈ। ਔਰ ਬੀਬੀ ਜਗੀਰ ਕੌਰ ਜਿਹੜੀ ਕਿ ਪੁਰਾਣੀ ਸਿਆਸਤਦਾਨ ਹੈ,
और 4 बार वो एसजीपीसी चीफ रह चुकी है। उन्हें चुके हैं बहुत जी। सोच समझ के, नाप तोल के और मौका पूरा देख के बहुत ही सदी हुई गेम खेली है। और मैं समझा कि बीबी जगीर कौर का मैदान च आंदा का मतलब है ना, उन्होंने जे कोई अकाली लीडर हल्के च लैंदा है तो मैं समझा कि वो हाले भी ख्याली दुनिया च है। बीबी जगीर कौर पक्के पैरी आई है, जितन जोगी है या नहीं है हाले नहीं कह सकते, लेकिन जी हारने वाली पोजीशन भी उसे नहीं लग रही भी। नहीं लग रही। जिन्ना जोश और जिन्ना जलवा उदकारी है, जिन्नी वो कोल बैकअप है, उन्होंने देख के लगता है कि वो ऐसे नहीं वंश गढ़ के रहेगी अकाली दल। और अकाली दल जो चाहे जीते या हारे, लेकिन अकाली दल के कई टुकड़े जोड़े हैं ना, जी वो हों दी समझो कि वो पहली गेंद जी है ना वो बीबी जगीर कौर ने। जी बिल्कुल। कमल सहगल जी, तुहाडे की विचार ने बीबी जगीर कौर ते श्रोमणी अकाली दल दे विच जिहड़ा पिछले 10-12 दिन तो लगातार मसला चल रहा है, रोज अखबारां भाखियां होईयां दिख रहीयां ने सानू। सो मामला लग रहा सी पहलां कि शांति जिहड़ी है हो जाएगी, मीटिंग्स हो रहीयां सी, पर जिहड़ी ये मामला ये नहीं टिक रहा, यानी कि ये वधदा ही जा रहा। पहला तो सारे नमस्कार, सत श्री अकाल, प्रणाम जी। मेरी निजी राय इस बारे जड़ी है जी, वो मैं समझदा कि बीबी जगीर कौर जी ने सारे अहद्यां ते रह के सारे वो जड़े है उतार चढ़ाव जिंदगी दे वो देख चुके ने, सियाणियां च कदम रख चुके ने और तजर्बा भी जड़ा उन्हां दा काफी वो निखर चुका है। और हुन जड़ा भी वो डिसीजन लैके अगे आ रहे ने, या जिन्नी बुलंदी और जिन्नी जोर दी और जिन्ने मजबूत तरीके नाल वो अपना आप नूं अपने अपना जड़ा भी उन्होंने कदम चक्या है उन्होंने मजबूत तरीके नाल, मेरा मतलब है कि वो लैके समाज दे विच विचर रहे ने। ते इस तो मैनू तो यह लगता है कि हुन उन्होंने अपनी आत्मा की आवाज नूं सुनने का फैसला किया है। सारे जिहड़े राजनीतिक और होर जिन्नियां भी समाजिक साडे ते जिहड़ियां पकड़ां हुंदियां हैं उन्होंने तो उपर उठ के हुन आत्मा का जिहड़ा वो फैसला लैके अगे आए ने। ते मैनू वो लगता कि शायद हुन वो सच्चे दिलों गुरु घर की सेवा या जदों विच आपां रहिंदे हां किसी भी सिस्टम दे विच, क्योंकि विच रहन तो बाद ही सानू जड़ियां कमजोरियां जड़ियां उदियां उत्थे किथे किथे घाटां ने, सिस्टम किदां होर वधिया हो सकदा वो विच रहन वाले बंदे नूं ज्यादा पता हुंदियां। इस करके हुण वो दोबारा एक बारी चांस लै के वो चाहते ने कि मैं जड़ियां सिस्टम दियां बुराइयां या सिस्टम दियां कमियां वो हुण अपने तौर ते और एक जो सिस्टम होना चाहिए उस तरीके नाल अगे आवां। बाकी ये तां इलेक्शन तो बाद ही लोग उन्होंने इस तरह देखते ने समझते ने, इस बारे तो मेरा हूँ कुछ कहना ठीक नहीं होएगा। मैं जी निजी जड़ी सी मेरी राय मैं तुम दस दी मैं जी दस इतने एक चीज अपडेट करना चाहना। जी असल दे विच अगर अकाली दल की कमान प्रकाश सिंह बादल उन्होंने हाथ होंगी ना, शायद यह गल नहीं होगी। प्रकाश सिंह बादल होना का कमांड करने का तरीका भी जरा है ना, वो भी बड़ा सियासत नाल भरिया और बड़ा शालीन और बड़ा ही प्यार भरिया है। जबकि सुखबीर बादल का एटीट्यूड जरा है वो बिल्कुल कारपोरेट टाइप एटीट्यूड है उनका, और वो पार्टी भी ना कारपोरेट कंपनी वगू चलाते हैं जिदे टॉप बॉस ने जो कहता वो फाइनल है। ये शायद एक कारण भी है कि अकाली दल जो कई लीडर टुट के बाहर चले गए हैं, और यह जिस तरीके बीबी जगीर कौर ने वंज कढ़िया या झंडा चुकया वो एक अपने आप च मजबूत हमला है। ये सुखबीर बादल की लीडरशिप में हमला हुआ है, ये शायद अकाली दल में उन्ना हमला नहीं जिन्ना सुखबीर बादल की निजी तौर पर लीडरशिप। उसके लीडरशिप में गुस्सा है। वो कल बीबी जगीर कौर के अंदर ही नहीं है, बहुत सारे एसजीपीसी मेंबर के अंदर भी है, बहुत सारे पार्टी अहदेदारों के अंदर भी है। और शायद बीबी अगर कामयाब हो जाए तो वो भी तो जड़े है वो खुल के सामने
आसान। बिल्कुल अर्जुन जी, जिवें सुखबीर बादल जी का तुसी मुद्दा चुकया है कि एक तरह कारपोरेट तरीके दे नाल चलते हैं, ठीक है चलते भी होणगे, उन्हां दे वल्लों भी अपने पिंड बादल दे विच जिहड़ी अपनी पूरी मीटिंग कीती गई है अपने आगुआं दे नाल सलाह मशवरे लए गए ने। अच्छा, उन्हां दे वल्लों कहा जा रहा है कि बीबी जगीर कौर भाजपा दे कहने चाहे हुए ने, यानी कि जो भी इस वेले वो पार्टी विरोधी गतिविधियां कर रहे ने भाजपा उन्हां तो करवा रही है, इस तरह के आरोप भी जड़े ने बीबी जगीर कौर ते पार्टी दे वल्लों लगाए जा रहे हैं। जी अर्जुन जी। भाजपा नाल जी सांझ है वो करने वास्ते बीबी जगीर कौर थोड़ा ट्राई की गई थी, वो तो बादल परिवार की सांझ थी। नजदीक से ज्यादा बीजेपी के ये रहे ने, बीबी तो कभी एमपी भी नहीं देगी, और क्या क्या जा सके कि दिल्ली बैठ के भाजपा हाई कमान के नजदीक रही है, उसे कनेक्शन रहे ने। वो तो बीबी जगीर कौर तो नहीं कभी भाजपा के नाल कभी उन्हें ऐसा बयान भी दिता कि वो जरा भाजपा को सूट करता हो। अकाली दल च रह के भी वो अकाली दल के प्रति जी वो समर्पण थी वो तो देखने वाला थी, लेकिन बीजेपी के बारे कभी भी सॉफ्ट कॉर्नर बीबी का असि तो देखा नहीं। सू भी 30-32 साल हो गए हैं प्रोफेशन, और बीबी जी ने भी 80 साल पिछले हो गए। असल ये हूँ देखो गल है भाई, जो हथों निकल जाए ना हदवाना, तुम कहानी सुनी होगी भी एक करी बंदा हरिद्वार बैठा सी अपने घाट से, गर्मी का मौसम हदवाना लिया होया, ठंडा ठंडा गंगा का पानी, तो उन्हें कहा भी ठीक है ठंडा हो जाएगा तो छक लागे। वो एक छल यहो जी बिचों दी आई, वो हरवाणा पार करा के लगी गंगा च, उन्हें बहुत छालां मारियां, बहुत हाथ पैर मारे, जो देखे कि वो रही तो बहुत बाहर है। फिर उन्होंने हाथ जोड़ के कहा कि हे मेरे पितरों एक तोहफा कबूल करो, तो ये जी साथ ना आए तो पितरों को दान वाला मसला लगे। जी दूसरे मसले दे वाल जाने हैं। कुछ दिन पहला अमृतसर शहर दे विच शिवसेना दे आगू सुधीर सूरी नू जड़ा गोली मार दिती गई, मामला काफी पकिया। अच्छा, बहुत बार इदां लग्या कि ये मामला जदों सामने आया, जदों एक कतल होया, उस तो बाद पंजाब दे हालात जड़े ने खराब हो सकते ने, हर किसी दे मन दे विच, आम बंदे दे मन दे विच काफी डर सीगा। हालांकि इसका ज्यादा असर अंबरसर शहर के विच वेखण नूं मिलिया, क्योंकि जिहड़ियां बाजार ने वो बंद रहे ने, बाकी शहरां दे विच इन्ना नहीं सी असर, पर यह नहीं आपां कह सकते कि असर पूरी तरह नहीं भी सीगा। चिंता जिहड़ी लोकां दे मनां दे विच हजे तक बनी हुई है। दूसरी गल है कि परिवार दे वल्लों उहनां दा अंतिम संस्कार नहीं सी कीता जा रहा, कुछ मंगां रखियां गईयां सन, उहनां नूं मनवाउण तों बाद ही उहनां दा अंतिम संस्कार जिहड़ा कीता गया। हुण गल है कि सिट दे वल्लों इस पूरे मामले की जांच की जा रही है, ते पुलिस दे वल्लों हजे तक सिर्फ संदीप जिहड़ा फड़िया जा चुका है उहदा ही नाम लिया जा रहा है कि उही जिहड़ा है हजे तक मुलजम है, और उहदे तों जांच पड़ताल होएगी, सवाल जवाब पूछे जाणगे, ते होर जेकर कोई मुलजम सामने आउंदा तां उहनूं भी फड़ लिया जाएगा। हुण गल आउंदी है अर्जुन जी, की मसला हो सकदा है किस तरह बैठे व्यक्ति नूं कोई आके गोली मार जाए। देखो जी गल ये है कि पुलिस ने जेडे गनमैन दिते होंगे है ना, वो ट्रॉफियां खाने लिया कुल्फियां खाने नहीं दिते होंगे। वो अगर टारगेट के उपर कोई अटैक करता है ना, या करने की पोजिशन भी आ जाते नज़र, तो वो अगों अलर्ट हो गए, अगों जवाबी फायर करते होंगे। वो जी ये नहीं करते होंगे कि डार दी डार खड़ी है, 18 तो गनमैन है, एक एसीपी है, दो एसएचओ है, उन्होंने लुगलाना भी नाल ही है, तो एक बंदा आंदा है सारे बंदूकों वाले है, किसी का हाथ ट्रिगर से नहीं जाता, किसी का कोई एक्शन नजर नहीं आता। उधर इदा लगता है जिदा उन्होंने लोगों को इस करके भेजा सी भी उन्हें गोली मारनी है, तुम उन्होंने अगों भजन में या उतो क्ढन च मदद करनी है। पुलिस की जी भूमिका च नजर आती है ना, वो अनफॉर्चुनेटली सूरी बचाने लिए नहीं, कातल बचाने वाली जी है ना, वो सारी दी सारी जी स्ट्रैटी दिखी है। मैं जो महसूस किया है या मैं जिन्नी क्राइम के मामले की समझ रखता, मेरा तो यही है कि ये एक कत्ल करवाया गया है, और ये पुलिस का अपना पूरा हाथ है, और पुलिस उस मोहरे को वो मोहरा भावें किसी ने भी प्रकट किया है, या किदा पुलिस के नाल उन्होंने तालमेल है ये तो मैं नहीं जानता, लेकिन इस चीज़ तो स्पष्ट होता है कि जो उन्होंने गोलियां मारिया गई तो उस तो बाद वो नाल के बंदे ने सूरी की गोद च पिया पिस्तौल चक के उन्हें फायर किया, तो वह कंध नहीं टप सकिया, वो पिछे डिग पिया, नहीं तो कंध टप के भज गया से, तो पुलिस वाले आप कितने नजर नहीं आ रहे।
उन्होंने मुंडिया ने फड़िया और फट के पुलिस के हवाले किया। पुलिस ने यह किया कि पिछली गली चली लै गए हैं ताकि अगे जी भीड़ है जो कोई मार ना दे। उन्होंने सुरक्षा कर्मियों ने कातल की पूरी सुरक्षा की और उन्होंने पूरा समय दिता है कि लै भाई मार गोली, इनिया गोलियां मार निशाने से कि निशाना ना चुक जाए। ठीक है ना, ये तो ओरी प्रिमिनरी मेरी जी सोच है वो ये है। उन्हों पुलिस ने जरा वह बचाया नहीं मरवाया, पुलिस सारे बंद परचे होने चाहिए। हमने बंदा पकड़ लिया जी, जेब तो बानी है ना, ये बयान उसका हादसा आ रहा, बंदे फड़ के दिता बंदा तुहानू, तुसीं इन्ने ही उत्थे चक के लै आंदे विच ही सूरमे बन गए। ਉੱਥੇ ਜਿਹੜੇ ਸੂਰਮ ਤਾਈ ਦਿਖਾਣੀ ਸੀ ਉੱਥੇ ਕੀ ਹੋਇਆ ਸੀ ਤੁਹਾਨੂੰ? ਬਿਲਕੁਲ ਜੀ, ਗੱਲ ਮਾਮਲਾ ਕਤਲ ਦਾ ਸੀ, ਇਹ ਤਾਂ ਸਭ ਨੂੰ ਪਤਾ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਬੜਾ ਸੋਚ ਸਮਝ ਕੇ ਵਿਚਾਰ ਕਰਕੇ ਜਿਹੜਾ ਕਤਲ ਕੀਤਾ ਗਿਆ। ਕਮਲ ਜੀ ਕੀ ਲੱਗਦਾ ਕਿ ਕਾਰਨ ਕੀ ਹੋ ਸਕਦਾ ਇਹਨਾਂ ਦੇ ਕਤਲ ਦਾ? ਕਾਰਨ ਸਾਰਿਆਂ ਨੂੰ ਜਗ ਜ਼ਾਹਿਰ ਹੈ ਮੈਮ, ਸੂਰੀ ਸਾਹਿਬ ਨੂੰ ਮਾਰਨ ਲਈ ਪੁਲਿਸ ਔਰ ਸੁਰੱਖਿਆ ਏਜੰਸੀਆਂ ਨੂੰ ਇਸ ਗੱਲ ਦਾ ਬਹੁਤ ਪਹਿਲਾਂ ਤੋਂ ਪਤਾ ਸੀ ਔਰ ਨੈਕਸਟ ਕਤਲ ਸੂਰੀ ਸਾਹਿਬ ਦਾ ਹੋਣਾ ਹੈ, ਇਹ ਗੱਲ ਸਾਰੇ ਪੁਲਿਸ ਆਲਾ ਅਧਿਕਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹਦੇ ਲਈ ਕੋਈ ਵੀ ਸਟਰੋਂਗ ਸਟੈਪ ਨਹੀਂ ਲਿੱਤੇ ਗਏ। ਦੁਖਦਾਈ ਹੈ ਜਦੋਂ ਇਹ ਪੰਜਾਬ ਪੁਲਿਸ ਨੂੰ ਕਮ ਸੇ ਕਮ ਜਦੋਂ ਇਹ ਪਤਾ ਲੱਗ ਗਿਆ ਸੀ ਉਹਨਾਂ ਦੇ ਨਾਲ ਜਿਹੜੇ ਤੈਨਾਤ ਬੰਦੇ ਸੀ ਉਹਨਾਂ ਨੂੰ ਇੱਦਾਂ ਕਦੇ ਵੀ ਢਿੱਲੇ ਨਹੀਂ ਰਹਿਣਾ ਚਾਹੀਦਾ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੜੇ ਕਲੀਅਰ ਲਫ਼ਜ਼ਾਂ 'ਚ ਸੀਗਾ ਕਿ ਹੁਣ ਹਿੰਦੂ ਨੇਤਾਵਾਂ 'ਤੇ ਹਮਲੇ ਹੋਣੇ ਹੈ, ਇਲੈਕਸ਼ਨ ਜਿਹੜੀਆਂ ਦੂਜੀਆਂ ਸਟੇਟਾਂ 'ਚ ਹੋ ਰਹੀ ਹੈ ਉਹਨਾਂ ਤੋਂ ਪਹਿਲਾਂ ਪਹਿਲਾਂ ਵਾਰਦਾਤਾਂ ਜਿਹੜੀਆਂ ਇਹ ਪੁਲਿਸ ਨੂੰ ਬਹੁਤ ਬਹੁਤ ਜਿਹੜਾ ਨਿੱਘਾ ਮੈਸੇਜ ਸੀਗਾ ਔਰ ਇਹ ਵੀ ਸੀਗਾ ਕਿ ਜਿਹੜਾ ਨੈਕਸਟ ਟਾਰਗੇਟ ਹੈ ਉਹ ਜਿਨ੍ਹਾਂ ਨੇ ਕੁਰਬਾਨੀ ਦੇ ਦਿੱਤੀ ਹੈ ਉਹੀ ਨੇ ਔਰ ਉਸ ਤੋਂ ਬਾਵਜੂਦ ਜਿੱਦਾਂ ਅਰਜੁਨ ਜੀ ਨੇ ਦੱਸਿਆ ਉਹਨਾਂ ਨੇ ਆਪਣੇ ਫਾਇਰ ਦੇ ਨਾਲ ਹੀ ਉਹਨੂੰ ਕਾਬੂ ਕੀਤਾ, ਇਹਨੇ ਸੁਰੱਖਿਆ ਕਰਮੀ ਨਾਲ ਤੁਹਾਡੇ ਤੇ ਗੋਲੀ ਚੱਲ ਗਈ ਤੇ ਉਹਨਾਂ ਕੋਲ ਇੱਕ ਫਾਇਰ ਵੀ ਨਹੀਂ ਹੋਇਆ? ਕੀ ਉਹ ਜਿਹੜੀਆਂ ਉਹਨਾਂ ਨੂੰ ਲੱਖਾਂ ਰੁਪਏ ਤਨਖਾਹ ਦਿੱਤੀਆਂ ਜਾ ਰਹੀਆਂ ਉਹ ਸਿਰਫ ਇੱਕ ਸ਼ੋਅ ਆਫ ਲਈ ਹੈ, ਤੁਹਾਡੀ ਸੁਰੱਖਿਆ ਲਈ ਨਹੀਂ? ਬਿਲਕੁਲ, ਨਾਲੇ ਇਹ ਵੀ ਸਵਾਲ ਹੈਗਾ ਕਮਲ ਜੀ, ਜੇਕਰ ਪਹਿਲਾਂ ਤੋਂ ਇਨਫੋਰਮੇਸ਼ਨ ਸੀਗੀ ਫਿਰ ਉਹਦੀ ਸੁਰੱਖਿਆ ਜਿਹੜੀ ਉਸ ਤਰ੍ਹਾਂ ਦੀ ਕਿਉਂ ਨਹੀਂ ਕੀਤੀ ਗਈ? ਯੈਸ, ਉਹ ਪਹਿਲਾਂ ਬਿਲਕੁਲ 100% ਪਹਿਲਾਂ ਇਨਫੋਰਮੇਸ਼ਨ ਸੀ ਉਹਨਾਂ ਦੇ ਸਾਰੇ ਨਜ਼ਦੀਕੀਆਂ ਨੂੰ ਪਤਾ ਸੀ ਇਸ ਗੱਲ ਦਾ, ਸ਼ਿਵ ਸੈਨਾ ਦੇ ਨੇਤਾਵਾਂ ਨੂੰ ਪਤਾ ਸੀ, ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾਵਾਂ ਨੂੰ ਪਤਾ ਸੀ। ਦੋ ਦਿਨ ਪਹਿਲਾਂ ਕਮਲ ਜੀ ਸੈਂਟਰਲ ਏਜੰਸੀਆਂ ਨੇ ਇੱਕ ਤਕਨੀਕੀ ਕਾਰਨ ਕਰਕੇ ਸ਼ਾਇਦ ਅਰਜੁਨ ਜੀ ਜਿਹੜਾ ਉਹ ਉਹਨਾਂ ਦਾ ਲਿੰਕ ਟੁੱਟ ਗਿਆ ਹੈ ਜੀ। ਸੋ ਦੁਖਦਾਈ ਬਹੁਤ ਹੈ ਔਰ ਫਿਰ ਸਾਨੂੰ ਇਲੈਕਸ਼ਨਾਂ ਤੋਂ ਪਹਿਲਾਂ ਇਦਾਂ ਦਾ ਅੰਮ੍ਰਿਤਪਾਲ ਨੇ ਇਸ ਮਾਮਲੇ 'ਚ ਉਹਨੂੰ ਕੋਈ ਸਾਜ਼ਿਸ਼ ਸ਼ਾਮਿਲ ਨਾ ਵੀ ਹੋਵੇ ਲੇਕਿਨ ਅੰਮ੍ਰਿਤਪਾਲ ਜੋ ਪ੍ਰਚਾਰ ਕਰ ਰਿਹਾ ਹੈ ਉਹਦਾ ਰੰਗ ਦੇਖਣ ਨੂੰ ਤਾਂ ਮਿਲ ਗਿਆ ਨਾ। ਉਹਦੇ ਕੋਲੋਂ ਜਿਹੜਾ ਅੰਮ੍ਰਿਤ ਛੱਕ ਕੇ ਆਇਆ ਬੰਦਾ ਹੈ ਜਿਹਨੇ ਉਹਦਾ ਸਟੀਕਰ ਆਪਣੀ ਗੱਡੀ ਤੇ ਲਾਇਆ ਹੋਇਆ ਉਹਨੇ ਬੰਦਾ ਮਾਰਤਾ ਐਡਾ ਵੱਡਾ ਲੀਡਰ। ਅਗਰ ਅੰਮ੍ਰਿਤਪਾਲ ਦਾ ਹੱਥ ਨਹੀਂ ਵੀ ਹੈ, ਅੰਮ੍ਰਿਤਪਾਲ ਦਾ ਅਸਰ ਇਸ ਕਤਲ ਤੇ ਜ਼ਰੂਰ ਹੈ, ਅੰਮ੍ਰਿਤਪਾਲ ਦੇ ਕੀਤੇ ਪ੍ਰਚਾਰ ਦਾ ਪ੍ਰਭਾਵ ਜ਼ਰੂਰ ਨਜ਼ਰ ਆਉਂਦਾ।
एक बड़ा बड़ा पॉइंट। असी पिछले डिबेट्स भी आप गल की सी कि सानू जड़ा है क्योंकि हिंदुस्तान दे विच 2800 तो ज्यादा डिफरेंट जातियां जड़ियां वो आप एक छत थले रह रही हैं। सानू कोई भी जड़ी इदा दा गल कोई भी इदा दा जड़ा बयान जिन्ना वक्खवाद आवे या अलग होने की गल हो जिद नाल कोई दूसरे सारे कोई ऑब्जैक्शन हो नहीं करनी चाहिए। सानू इन सारे तो उपर उठ के एकजुट हो के अपने देश नू अपने जिले नू अपने शहर नू अपने स्टेट नू और उस पासे ले जाने की कोशिश करनी चाहिए है। मैं अगे भी काफ़ी बारी कह चुका हाँ कि असं बहुत पिछड़ चुके हैं जेडे बंदे इन्हों ये सारिया गल करते हैं उन्होंने एक बार विश्व घुमाना जरूर चाहिए है उन्होंने विश्व दर्शन जरूर कराने चाहिए है। मैं तो इन्ना ही कहंगा कि उन्होंने जी सोच है ਉਹਦਾ ਜਿਹੜਾ ਦਾਇਰਾ ਉਹ ਵੱਡਾ ਹੋਏਗਾ ਔਰ ਉਹ 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 ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸੋਚ ਸਕਣਗੇ ਕਿਉਂਕਿ ਅੱਜ ਬਹੁਤ ਸਾਰੇ ਮੁੱਦੇ ਜਿਹੜੇ ਨਾ ਜਿਹੜੇ ਦੁਆਰਾ ਖੜੇ ਕੀਤੇ ਜਾ ਰਹੇ ਨੇ ਜਿਹਨਾਂ ਮੁੱਦਿਆਂ 'ਤੇ ਅਸੀਂ ਬਹੁਤ ਸਾਰੇ ਲੋਕਾਂ ਨੇ ਸਾਡੇ ਬਹੁਤ ਸਾਰਿਆਂ ਧਰਮਾਂ ਨੇ ਸਮੁੱਚੇ ਪੰਜਾਬ ਵਾਸੀਆਂ ਨੇ ਬੜੀਆਂ 32,000 ਤੋਂ ਜ਼ਿਆਦਾ ਅਸੀਂ ਪੰਜਾਬ 'ਚ ਬੰਦੇ ਮਰਵਾ ਲਏ ਦਿੱਲੀ 'ਚ ਬੰਦੇ ਮਰਵਾ ਲਏ ਦਿੱਲੀ 'ਚ ਸਿੱਖਾਂ ਦੇ ਕਤਲ ਹੋਏ ਪੰਜਾਬ 'ਚ ਵੱਖ ਵੱਖ ਜਾਤੀਆਂ ਦੇ ਕਤਲ ਹੋਏ ਬੜਾ ਦੁਖਦਾਈ ਸਮਾਂ ਆਪਾਂ ਸਾਰਿਆਂ ਨੇ ਕੱਟਿਆ ਔਰ ਉਸ ਸਮੇਂ ਨੂੰ ਵਾਪਸ ਨਾ ਲਿਆਂਦਾ ਜਾਏ ਨਾ ਲਿਆਂਦਾ ਜਾਵੇ ਬਿਲਕੁਲ ਜੀ ਬਿਲਕੁਲ ਜੀ ਜੇ ਮੈਂ ਗੱਲ ਪਹਿਲਾਂ ਵੀ ਇਹੀ ਕੀਤੀ ਸੀਗੀ ਕਿ ਇਸ ਕੇਸ ਦੇ ਨਾਲ ਲੋਕਾਂ ਦੇ ਮਨ 'ਚ ਡਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੂਰੇ ਪੰਜਾਬ 'ਚ ਅਸਰ ਦੇਖਣ ਨੂੰ ਮਿਲਿਆ ਸ਼ੁਰੂਆਤ ਹੋ ਚੁੱਕੀ ਹੈ ਸ਼ੁਰੂਆਤ ਦੇਖੋ ਹੋ ਚੁੱਕੀ ਹੈ ਔਰ ਮਾਹੌਲ ਖਰਾਬ ਕੀਤੇ ਜਾਣ ਦੀਆਂ ਪੂਰੀਆਂ ਕੋਸ਼ਿਸ਼ਾਂ ਜਾਰੀ ਨੇ ਜੀ ਪਿੰਡਾਂ ਦੇ ਵਿੱਚ ਮੰਨਿਆ ਪਰ ਸ਼ਹਿਰਾਂ ਦੇ ਵਿੱਚ ਤੇ ਟਾਊਨਸ ਦੇ ਵਿੱਚ ਅਸਰ ਹੋਏਗਾ ਅਸਰ ਹੋਇਆ ਵੀ ਹੈ ਵੱਡਾ ਅਸਰ ਲੋਕਾਂ ਦੇ ਮਨਾਂ ਦੇ ਵਿੱਚ ਹੋਇਆ ਕਿਉਂਕਿ ਲੋਕ ਡਰੇ ਨੇ ਔਰ ਲੋਕ ਉਹ ਸਮਾਂ ਨਹੀਂ ਦੇਖਣਾ ਚਾਹੁੰਦੇ ਜੋ ਉਹਨਾਂ ਨੇ ਪਹਿਲਾਂ ਵੇਖਿਆ ਗੱਲ ਫੇਰ ਆਉਂਦੀ ਹੈ ਪ੍ਰਸ਼ਾਸਨ ਦੇ ਉੱਤੇ ਸਵਾਲ ਫੇਰ ਆਉਂਦੇ ਨੇ ਪ੍ਰਸ਼ਾਸਨ ਦੇ ਉੱਤੇ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਹਾਲਾਤ ਕਿਹੋ ਜਿਹੇ ਰਹੇ ਪੰਜਾਬ ਦੇ ਤੇ ਉਸ ਤੋਂ ਬਾਅਦ ਇੱਕ ਹੋਰ ਕਤਲ ਉਹ ਵੀ ਇੱਕ ਰਾਜਨੀਤਿਕ ਨੇਤਾ ਦਾ ਧਾਰਮਿਕ ਆਗੂ ਦਾ ਇਸ ਤਰੀਕੇ ਦੇ ਨਾਲ ਹੋਇਆ ਸੋ ਕਿਉਂ ਨਹੀਂ ਆਪਾਂ ਪਹਿਲਾਂ ਸੁਰੱਖਿਆ ਪ੍ਰਬੰਧ ਕਰਦੇ ਜੇਕਰ ਸਾਨੂੰ ਪਤਾ ਹੁੰਦਾ ਆਪਾਂ ਉਹਦੀ ਤਿਆਰੀ ਕਿਉਂ ਨਹੀਂ ਕਰਦੇ ਆਪਾਂ ਇਹ ਉਡੀਕ ਕਿਉਂ ਕਰਦੇ ਹਾਂ ਕਿ ਮੁਲਜ਼ਮ ਆਪਣੀ ਪਲੈਨਿੰਗ ਨੂੰ ਸਫਲ ਕਰ ਲਏ ਅਸੀਂ ਬਾਅਦ ਦੇ ਵਿੱਚ ਸਿੱਟ ਬਿਠਾਵਾਂਗੇ ਸਿੱਟ ਬਿਠਾਉਣ ਦੀ ਜ਼ਰੂਰਤ ਹੀ ਨਾ ਪਵੇ ਜੇਕਰ ਅਸੀਂ ਸ਼ੁਰੂ ਤੋਂ ਹੀ ਸੁਰੱਖਿਆ ਲੈ ਕੇ ਚੱਲੀਏ ਸੋ ਤੁਸੀਂ ਸਾਫ਼ ਦੇਖੋ ਜੀ ਉਹਦੇ ਚ ਕਿਸੇ ਵੀ ਪੁਲਿਸ ਜਿਹੜੇ ਨਾਲ ਉਹਨਾਂ ਦੇ ਸੁਰੱਖਿਆ ਗਾਰਡ ਸੀਗੇ ਕਿਸੇ ਵੱਲੋਂ ਵੀ ਕੋਈ ਜਵਾਬੀ ਫਾਇਰ ਨਹੀਂ ਕੀਤਾ ਗਿਆ ਉਹ ਫਾਇਰ ਜਿਹੜਾ ਇਹਨਾਂ ਦਾ ਲੱਗਾ ਆਪਣੀ ਗੋਲੀ ਦਾ ਉਹ ਉਹਨਾਂ ਵੱਲੋਂ ਚੱਲਣੇ ਚਾਹੀਦੇ ਸੀ ਫਾਇਰ ਉੱਥੇ ਇੱਕ ਗੋਲੀ ਵੀ ਨਹੀਂ ਚਲਾਈ ਗਈ ਕੀ ਉਹ ਦੇਖਣ ਲਈ ਸੀ ਸਾਰੀ ਸੁਰੱਖਿਆ ਜਿਹੜੀ ਉਹਨਾਂ ਦੇ ਨਾਲ ਸੀ ਕੀ ਉਹਨਾਂ ਨੂੰ ਕਿਸੇ ਨੇ ਰੋਕਿਆ ਦਾ ਸੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਇਸ ਤੋਂ ਬਾਅਦ ਤਹਿਕੀਕਾਤ ਦੇ ਵਿੱਚ ਇਹ ਇਹਨਾਂ ਦੇ ਉੱਤੇ ਜਿਹੜੀ ਜਾਂਚ ਪੜਤਾਲ ਹੋਣੀ ਬਣਦੀ ਵੀ ਆ ਔਰ ਦੇਖੋ ਪਰਿਵਾਰ ਦੇ ਵੱਲੋਂ ਵੀ ਮੰਗਾਂ ਰੱਖੀਆਂ ਗਈਆਂ ਤੇ ਫਿਰ ਅੰਤਿਮ ਸੰਸਕਾਰ ਕੀਤਾ ਗਿਆ ਮੰਗਾਂ ਇਸ ਕਾਰਨ ਉਹਦੇ ਲਈ ਦੇਖੋ ਉਹਦੇ ਲਈ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਜਿਹੜਾ ਵੀ ਚਾਹੇ ਉਹ ਕਿਸੇ ਵੀ ਸਮੁਦਾਇ ਦਾ ਕੋਈ ਵੀ ਯੋਧਾ ਹੋਵੇ ਜੇ ਉਹ ਸ਼ਹੀਦ ਹੋ ਜਾਂਦਾ ਜਾਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਉਹ ਚਾਹੇ ਸਾਡੇ ਆਪਸੀ ਭਾਈਚਾਰੇ ਲਈ ਚਾਹੇ ਕਿਸੇ ਵੀ ਗੱਲ ਲਈ ਉਹ ਜਾਂਦਾ ਉਹਨੂੰ ਸ਼ਹੀਦ ਕਰਾਰ ਮਿਲਣਾ ਚਾਹੀਦਾ ਔਰ ਸਟੇਟ ਗੌਰਮੈਂਟ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੇ ਲਈ ਇੱਕ ਪ੍ਰੈਸਕ੍ਰਾਈਬਡ ਜਿਹੜਾ ਹੈ ਕਿ ਆਹ ਚੀਜ਼ਾਂ ਮੰਗਣੀਆਂ ਪੈਣ ਹੀ ਨਾ ਪਰਿਵਾਰਾਂ ਨੂੰ ਔਰ ਇੱਦਾਂ ਦੀ ਗੱਲ ਕਰਨੀ ਪਈ ਨਾ ਇਹ ਸਾਡੇ ਲਈ ਬਹੁਤ ਜ਼ਿਆਦਾ ਸ਼ਰਮਨਾਕ ਗੱਲ ਹੈ ਔਰ ਉਹ ਵਿਚਾਰੇ ਕਿਉਂਕਿ ਪਰਿਵਾਰ ਜਾਣ ਤੋਂ ਬਾਅਦ ਲੀਡਰ ਦੇ ਜਾਣ ਤੋਂ ਬਾਅਦ ਜਾਂ ਜਿਸ ਘਰ ਦਾ ਚਲਾ ਜਾਂਦਾ ਪਰਿਵਾਰ ਦਾ ਕੋਈ ਵੀ ਸ਼ਖਸ ਉਹਦੇ ਜਾਣ ਤੋਂ ਬਾਅਦ ਉਹ ਪਰਿਵਾਰ ਨੂੰ ਹੀ ਝੇਲਣਾ ਪੈਂਦਾ ਔਰ ਬੜੀਆਂ ਦੁੱਖ ਸਹਿਣੇ ਪੈਂਦੇ ਬੜੇ ਕਸ਼ਟ ਸਹਿਣੇ ਪੈਂਦੇ ਆ ਇੱਕ ਤਾਂ ਉਹ ਜਿਹੜੀਆਂ ਚੀਜ਼ਾਂ ਹੈ ਉਹ ਬਿਆਨ ਕਰਨੀਆਂ ਜਿਹੜੀਆਂ ਉਹ ਗੱਲਾਂ ਨਾਲ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਇਹ ਤਾਂ ਜਿਸ ਤਰ੍ਹਾਂ ਲਾ ਕੇ ਉਹ ਤਨਜਾਨੇ ਜੀ ਬਿਲਕੁਲ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜਨ ਦੇ ਲਈ ਕਮਲ ਜੀ ਔਰ ਅਰਜੁਨ ਜੀ ਬਹੁਤ ਬਹੁਤ ਸ਼ੁਕਰੀਆ ਕੱਲ ਫੇਰ ਹੋਵੇਗੀ ਮੁਲਾਕਾਤ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਨਮਸਕਾਰ